ਸਰ ਦੱਸਿਓ ਕਿ ਜਿਹੜਾ ਗੇਮ ਕਰਦਾ ਸੀਗਾ ਜਾਂ ਆਪਣੇ ਆਪ ਨੂੰ ਐਨਆਰਆਈ ਦੱਸ ਕੇ ਸ਼ੋਸ਼ਣ ਕਰ ਰਿਹਾ ਸੀਗਾ ਬੱਚਿਆਂ ਦਾ, ਕੀ ਮਾਮਲਾ ਸੀ? ਇਹ ਮਿਤੀ 6/12 ਨੂੰ ਸਾਨੂੰ ਇੱਕ ਲੜਕੀ ਨੇ ਆ ਕੇ ਸਟੇਟਮੈਂਟ ਰਿਕਾਰਡ ਕਰਾਈ ਸੀ ਕਿ ਉਸਨੇ shaadi.com ਸੋਸ਼ਲ ਸਾਈਟ ਦੇ ਉੱਤੇ ਆਪਣੀ ਆਈਡੀ ਪਾਈ ਸੀ, ਜਿਸ ਨੂੰ ਇੱਕ ਸੰਦੀਪ ਸਿੰਘ ਨਾਮ ਦੇ ਵਿਅਕਤੀ ਨੇ ਉਸ ਨਾਲ ਸੰਪਰਕ ਕੀਤਾ ਸੀ, ਜੋ ਸੰਦੀਪ ਸਿੰਘ shaadi.com ਦੀ ਆਈਡੀ ਬਣਾਈ ਹੋਈ ਆ, ਜਿਸ 'ਤੇ ਉਹ ਸੰਪਰਕ ਵਿੱਚ ਆਈ ਤਾਂ ਉਹਨੇ ਉਸ ਨੂੰ 2-4 ਵਾਰ ਮੀਟਿੰਗ ਕੀਤੀ ਵੱਖ ਵੱਖ ਰੈਸਟੋਰੈਂਟਾਂ ਦੇ ਵਿੱਚ। ਉੱਥੇ ਉਹਨੇ ਇਹਦੇ ਕੋਲੋਂ ਫਿਰ ਆਪਣੇ ਪੈਸਿਆਂ ਦੀ ਡਿਮਾਂਡ ਕੀਤੀ ਆ, ਕੋਈ ਕਰੀਬ 1.5 ਲੱਖ ਰੁਪਈਆ ਇਹਦੇ ਕੋਲ ਲੈ ਚੁੱਕਾ। ਅਤੇ ਇਹਨੇ ਆਪਣਾ shaadi.com 'ਤੇ ਸਟੇਟਸ ਪਾਇਆ ਹੋਇਆ ਕਿ ਮੈਂ ਕੈਨੇਡਾ ਦਾ ਸਿਟੀਜਨ ਹਾਂ ਔਰ ਮੈਂ ਸ਼ਾਦੀ ਕਰਾਉਣੀ ਆ, ਸ਼ਾਦੀ ਕਰਾਉਣ ਤੋਂ ਬਾਅਦ ਮੈਂ ਉਹਨੂੰ ਕੈਨੇਡਾ ਵਿੱਚ ਲੈ ਜਾਊਂਗਾ, ਮੈਂ ਟੋਇਟਾ ਕੰਪਨੀ ਦੇ ਵਿੱਚ ਮਿਸੀਸਾਗਾ ਕੈਨੇਡਾ ਦੇ ਵਿੱਚ ਸਰਵਿਸ ਕਰਦਾ ਹਾਂ ਅਤੇ ਮੇਰੀ ਰਿਹਾਇਸ਼ ਲੁਧਿਆਣਾ ਵਿੱਚ ਆ, ਜੋ MBD ਮੌਲ ਲੁਧਿਆਣਾ ਵਿੱਚ ਜ਼ਿਆਦਾਤਰ ਮਿਲਦਾ ਸੀ, ਅਤੇ ਇਸ ਦੇ ਨਾਲ ਨਾਲ ਵੀ ਸਾਡੇ ਗ੍ਰਾਹਾਂ ਸ਼ਹਿਰ ਦੇ ਵਿੱਚ ਇੱਕ ਨਾਮੀ ਹੋਟਲ ਦੇ ਵਿੱਚ ਆ ਕੇ ਵੀ ਇਹ ਠਹਿਰਦਾ ਸੀ, ਜਿੱਥੇ ਇਹ ਲੜਕੀਆਂ ਨੂੰ ਟਾਈਮ ਦਿੰਦਾ ਸੀ। ਉੱਥੇ ਮਿਲਣ ਉਪਰੰਤ ਉਹਨਾਂ ਦਾ ਇਹ ਜੋ ਇਕਨੋਮਿਕਲੀ ਔਰ ਫਿਜ਼ੀਕਲੀ ਜੋ ਸ਼ੋਸ਼ਣ ਕਰਦਾ ਰਿਹਾ, ਜਿਸ ਵਿੱਚ ਹੁਣ ਤੱਕ ਇਹਨੂੰ ਅਸੀਂ ਗ੍ਰਿਫਤਾਰ ਕਰਨ ਤੋਂ ਬਾਅਦ ਜੋ ਲੜਕੀਆਂ ਨਾਲ ਇਹ ਇਸ ਤਰ੍ਹਾਂ ਕਰ ਚੁੱਕਾ ਹੈ ਚੀਟਿੰਗ, ਜਿਸ ਦੀ ਗਿਣਤੀ ਕੋਈ 50 ਤੋਂ ਉੱਪਰ ਹੋ ਚੁੱਕੀ ਹੈ। ਅਤੇ ਉਹ ਇਸ ਦਾ ਇਹ ਤਰੀਕਾ ਵਾਰਦਾਤ ਇਹ ਹੈ ਕਿ ਪਹਿਲਾਂ ਉਹਨਾਂ ਨੂੰ ਇਹ ਇਮੋਸ਼ਨਲ ਬਲੈਕਮੇਲ ਕਰਦਾ ਆ, ਫਿਰ ਉਹਨਾਂ ਕੋਲੋਂ ਇਹ ਨਕਦ ਪੈਸੇ ਲੈ ਲੈਂਦਾ ਅਤੇ ਆਪਣੇ ਅਕਾਊਂਟ ਵਿੱਚ ਜਮ੍ਹਾਂ ਕਰਕੇ ਫਿਰ ਉਹਨਾਂ ਨੂੰ ਕਹਿੰਦਾ ਕਿ ਮੈਂ ਤੁਹਾਨੂੰ ਜਿਹੜਾ ਕੰਟੈਕਟ ਬੇਸ 'ਤੇ ਮੈਰਿਜ ਕਰਾਂਗਾ ਅਤੇ ਤੁਸੀਂ ਮੈਨੂੰ ਕੈਨੇਡਾ ਤੁਸੀਂ ਲੈ ਕੇ ਜਾਓਗੇ। ਜਦਕਿ ਇਹਦਾ ਅਸਲ ਨਾਮ ਜੋ ਹਰਪਾਲ ਸਿੰਘ ਸਨ ਆਫ ਅੰਗਰੇਜ਼ ਸਿੰਘ ਵਾਸੀ ਪਿੰਡ ਵੀਲਾ ਥਾਣਾ ਟੱਲੇਵਾਲ ਜ਼ਿਲ੍ਹਾ ਬਰਨਾਲਾ ਹੈ, ਜੋ ਇਸਨੇ ਆਪਣੀ ID ਹਰਮਨ ਸਿੰਘ ਉਰਫ ਹੈਰੀ ਦੇ ਨਾਮ 'ਤੇ ਇੱਕ ਆਧਾਰ ਕਾਰਡ ਬਣਾਇਆ ਹੋਇਆ, ਇੱਕ ਕੋਵਿਡ ਸ਼ੀਟ ਬਣਾਈ ਹੋਈ ਆ, ਅਤੇ ਇਸ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਦੇ ਕਬਜ਼ੇ ਵਿੱਚੋਂ ਇੱਕ ਇੰਡੀਅਨ ਪਾਸਪੋਰਟ ਮਿਲਿਆ, ਜਿਸ ਉੱਪਰ ਇਹ ਅੱਜ ਤੱਕ ਕਦੇ ਵੀ ਕੈਨੇਡਾ ਨਹੀਂ ਜਾ ਗਿਆ, ਨਾ ਹੀ ਇਹਦਾ ਕੈਨੇਡਾ ਦਾ ਵੀਜ਼ਾ ਲੱਗਿਆ। ਜੋ ਇਹਦਾ ਪਾਸਪੋਰਟ ਚੈੱਕ ਕੀਤਾ ਉਹਦੇ ਵਿੱਚ ਪਾਇਆ ਗਿਆ ਕਿ ਇਹ ਮਲੇਸ਼ੀਆ ਦੇਸ਼ ਗਿਆ ਜਾਂ ਇਹ 2 ਵਾਰੀ ਦੁਬਈ ਤੱਕ ਗਿਆ ਆ, ਇਹ ਕਈ ਲੜਕੀਆਂ ਨੂੰ ਦੁਬਈ ਵਿੱਚ ਵੀ ਘੁਮਾ ਕੇ ਲੈ ਕੇ ਆਇਆ ਔਰ ਇਸਦਾ ਇਹ ਰੋਜ਼ਾਨਾ ਦਾ ਕੰਮ ਆ। ਇਹ ਵੱਖ ਵੱਖ ਸ਼ਹਿਰਾਂ ਦੇ ਵਿੱਚ ਜੋ ਸਾਡੇ ਕੋਲ ਹੁਣ ਤੱਕ ਲੜਕੀਆਂ ਸੰਪਰਕ ਵਿੱਚ ਆਈਆਂ, ਇਸਦਾ ਜੋ ਫੋਨ ਆ, ਫੋਨ ਉੱਤੇ ਇੱਕ ਦਿਨ ਵਿੱਚ 35-40 ਤੋਂ ਲੜਕੀਆਂ ਦੇ ਫੋਨ ਕਾਲਸ ਆ ਰਹੀਆਂ ਆ, ਔਰ ਇੱਕ ਲੜਕੀ ਜੋ ਹੁਣ ਕੈਨੇਡਾ ਜਾ ਚੁੱਕੀ ਆ, ਇਸ ਦੇ ਜਾਲ ਵਿੱਚ ਫਸ ਗਈ ਸੀ, ਜੋ ਬੇਸਿਕਲੀ ਹੁਸ਼ਿਆਰਪੁਰ ਤੋਂ ਰਹਿਣ ਵਾਲੀ ਸੀ। ਉਸਨੇ ਆਪਣੀ ਲੈਕਚਰਾਰ ਦੀ ਨੌਕਰੀ ਵੀ ਇਸ ਦੇ ਪਿੱਛੇ ਛੱਡ ਦਿੱਤੀ ਔਰ ਫਿਰ ਇਹਨੇ ਉਸ ਕੋਲੋਂ 6 ਲੱਖ ਰੁਪਈਆ ਨਕਦ ਲੈ ਲਿਆ ਔਰ ਉਹ ਕੈਨੇਡਾ ਜਾਣ ਤੋਂ ਬਾਅਦ ਇਹਨੇ ਉਹਨਾਂ ਦੇ ਖਿਲਾਫ਼ ਕੰਪਲੇਂਟ ਫਾਈਲ ਕਰਕੇ ਫਿਰ ਉਹਨਾਂ ਕੋਲ ਕੰਪਰੋਮਾਈਜ਼ ਕਰਕੇ 5 ਲੱਖ ਰੁਪਈਆ ਵਸੂਲ ਲਿਆ। ਹੋਰ ਇੱਕ ਲੜਕੀ ਕੋਈ ਜਗਰਾਵਾਂ ਬੈਂਕ ਇੰਪਲੋਈ ਆ, ਉਹਦੇ ਨਾਲ ਵੀ ਇਹਨੇ ਚੀਟਿੰਗ ਕੀਤੀ ਆ। 2 ਲੜਕੀਆਂ ਮੋਗੇ ਦੀਆਂ ਨੇ, 1 ਲੜਕੀ ਅੰਮ੍ਰਿਤਸਰ ਦੀ ਆ, 2-3 ਲੜਕੀਆਂ ਜਲੰਧਰ ਦੀਆਂ ਨੇ। ਚੰਡੀਗੜ੍ਹ ਦੇ ਵਿੱਚ ਇੱਕ ਫਿਜ਼ੀਓਥਰੈਪਿਸਟ ਲੜਕੀ ਆ, ਉਸ ਨਾਲ ਵੀ ਇਹਨੇ ਸੇਮ ਜਿਹੜੀ ਆ ਇਹਦੀ ਤਰੀਕਾ ਵਾਰਦਾਤ ਆ। ਇਹ 2 ਲੜਕੀਆਂ ਜੋ ਨਰਸਿੰਗ ਦਾ ਕੋਰਸ ਕਰ ਰਹੀਆਂ ਦਿੱਲੀ ਦੇ ਵਿੱਚ, ਉਹਨਾਂ ਦਾ ਉਹ ਵੀ ਇਹਦੇ ਸੰਪਰਕ ਵਿੱਚ ਹੈ ਔਰ ਲੁਧਿਆਣੇ ਤੋਂ ਵੀ ਕਾਫੀ ਲੜਕੀਆਂ ਇਹਦੇ ਸੰਪਰਕ ਵਿੱਚ ਆ, ਜੋ ਹੁਣ ਤੱਕ ਇਹ ਸਾਡੇ ਕੋਲ ਪੁਲਿਸ ਰਿਮਾਂਡ 'ਤੇ ਆ, ਅੱਗੇ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ। ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਦਾ, ਅਪੀਲ ਕਰਦਾ ਕਿ ਜੋ ਲੜਕੀਆਂ shaadi.com 'ਤੇ ਸੋਸ਼ਲ ਸਾਈਟ ਦੇ ਉੱਤੇ ਇਹੋ ਜਿਹੇ ਠੱਗਾਂ ਕੋਲੋਂ ਆਪਣੇ ਆਪ ਨੂੰ ਬਚਾ ਕੇ ਰੱਖਣ ਔਰ ਕਿਸੇ ਨਾਲ ਕੋਈ shaadi.com 'ਤੇ ਸੰਪਰਕ ਕਰਦੇ ਆ, ਉਹ ਆਪਣੇ ਪੇਰੈਂਟਸ ਨਾਲ ਲੈ ਕੇ ਉਹਨਾਂ ਬਾਰੇ ਵੈਰੀਫਿਕੇਸ਼ਨ ਕਰਨ। ਵੈਰੀਫਿਕੇਸ਼ਨ ਕਰਨ ਤੋਂ ਬਾਅਦ ਹੀ ਉਹ ਆਪਣਾ ਡਿਸਾਈਡ ਕਰਨ
ਇਹਨਾਂ ਨੂੰ ਇਕੱਲਿਆਂ ਨੂੰ ਕਦੇ ਵੀ ਕਿਤੇ ਵੀ ਜਾ ਕੇ ਇਹਨਾਂ ਨਾਲ ਮੀਟਿੰਗ ਨਾ ਕਰਨ। ਇਹਦੇ ਕੋਲੋਂ ਇੱਕ ਸਾਨੂੰ ਵਰਨਾ ਕਾਰ ਰਿਕਵਰ ਹੋਈ ਆ, ਉਹ ਵੀ ਕਿਸੇ ਲੜਕੀ ਨਾਲ ਚੀਟਿੰਗ ਕਰਕੇ ਉਹਨਾਂ ਪੈਸਿਆਂ ਦੀ ਇਹਨੇ ਕਾਰ ਖਰੀਦੀ ਆ। ਔਰ ਇਸੇ ਕੋਲੋਂ ਦੋ ਆਈਫੋਨ ਮਿਲੇ ਨੇ, ਇੱਕ ਸੈਮਸੰਗ ਦਾ ਫੋਨ ਮਿਲਿਆ, ਇੱਕ ਪਾਸਪੋਰਟ ਮਿਲਿਆ, ਇੱਕ ਇਹਦਾ ਜਾਅਲੀ ਜੋ 5 ਸਾਲ ਦਾ ਵੀਜ਼ਾ ਇਹਨੇ ਕੈਨੇਡਾ ਦਾ ਆਪਣੇ ਆਪ ਹੀ ਤਿਆਰ ਕੀਤਾ ਆ, ਜਿਸ ਨੇ ਪੁੱਛਗਿੱਛ ਦੇ ਦੌਰਾਨ ਮੰਨਿਆ ਕਿ ਇਹ ਵੀਜ਼ਾ ਮੈਂ ਗੂਗਲ ਸਾਈਟ ਤੋਂ ਅਪਲੋਡ ਕਰਕੇ ਆਪਣੇ ਆਪ ਉਸਦਾ ਪ੍ਰਿੰਟ ਤਿਆਰ ਕੀਤਾ ਆ। ਔਰ ਉਹ ਇਹ ਲੜਕੀਆਂ ਨੂੰ ਅੱਗੇ ਦਿਖਾਉਂਦਾ ਸੀ ਕਿ ਆਹ ਮੈਂ ਮੇਰਾ ਦੇਖ ਲਓ 2023 ਤੋਂ ਲੈ ਕੇ 2028 ਤੱਕ 5 ਸਾਲ ਦਾ ਮੇਰੇ ਕੋਲ ਕੈਨੇਡਾ ਦਾ ਵੀਜ਼ਾ ਵਾ, ਮੈਂ ਹੁਣ ਉੱਥੇ PR ਹੋਣ ਵਾਲਾ ਹਾਂ ਅਤੇ ਮੈਂ ਤੁਹਾਨੂੰ ਕੈਨੇਡਾ ਮੈਰਿਜ ਕਰਕੇ ਲੈ ਜਾਵਾਂਗਾ। ਜਦਕਿ ਬੇਸਿਕਲੀ ਇਹ ਬਰਨਾਲੇ ਦਾ ਰਹਿਣ ਵਾਲਾ ਆ, ਔਰ ਜੋ ਇਸਦੀ ਮੈਰਿਜ ਹੋਈ ਸੀ ਉਸ ਨਾਲ ਵੀ ਇਹਦਾ ਤਲਾਕ ਦਾ ਕੇਸ ਚੱਲ ਰਿਹਾ ਆ। ਇਹਦੀਆਂ 2 ਸਿਸਟਰ ਨੇ, ਇਸ ਤੋਂ ਛੋਟੀਆਂ ਨੇ, ਇਹਦੀ ਏਜ 35 ਸਾਲ ਹੈ। ਔਰ ਇਹ ਦਾ ਕੋਈ ਹੋਰ ਰੁਜ਼ਗਾਰ ਨਹੀਂ ਕਰਦਾ, ਬਿਲਕੁਲ ਵਿਹਲੜ ਅਤੇ ਠੱਗ ਕਿਸਮ ਦਾ ਆਦਮੀ ਆ, ਵੱਖ ਵੱਖ ਲੜਕੀਆਂ ਨੂੰ ਸਬਜ਼ ਬਾਗ ਵਿਖਾਉਂਦਾ ਆ ਅਤੇ ਇਸੇ ਤਰ੍ਹਾਂ ਉਹਨਾਂ ਦੇ ਕੋਲੋਂ ਪੈਸੇ ਖਾਂਦਾ, ਚੀਟਿੰਗ ਕਰਦਾ। ਔਰ ਹੁਣ ਵੀ ਕਈ ਲੜਕੀਆਂ ਸਾਡੇ ਪਾਸ ਥਾਣਾ ਵਿੱਚ ਪਹੁੰਚ ਕੇ ਆ ਰਹੀਆਂ ਨੇ, ਜਿਵੇਂ ਜਿਵੇਂ ਉਹਨਾਂ ਨੂੰ ਕੋਈ ਨਿਊਜ਼ ਪ੍ਰਾਪਤ ਹੁੰਦੀ ਆ। ਔਰ ਅਸੀਂ ਉਹਨਾਂ ਨੂੰ ਹੋਰ ਵੀ ਇਹਦੇ ਫੋਨ 'ਤੇ ਜੋ ਕਾਲਜ਼ ਆ ਰਹੀਆਂ ਉਹਨਾਂ ਨੂੰ ਅਸੀਂ ਕਾਫੀ ਅਗਾਹ ਕਰ ਰਹੇ ਹਾਂ ਕਿ ਇਹ ਠੱਗ, ਇਹ ਆਦਮੀ ਇਸ ਪਾਸੋਂ ਬਚੋ।